ਨਮਸਕਾਰ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵਿਜੇ ਜੀ, ਆਪਣੀ ਵਿਜਿਟ ਹੈਗੀ ਆ ਪਿੰਡ ਦਾਦੂਪੁਰ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ, ਤਹਿਸੀਲ ਮਜੀਠਾ। ਇਹਨੇ ਵੀ ਲੈ ਕੇ ਵੀਡੀਓ ਬਣਾਈਆਂ ਜੀ ਆਪਾਂ। ਅੱਜ ਹੀ ਦੇਖਦੇ ਵੀਰ, 4-5 ਦੇ ਲਗਭਗ ਪਸ਼ੂ ਸੇਲ ਆ, ਅਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਕਿ ਇਹਨਾਂ ਪ੍ਰਾਈਸ ਕੀ ਆ। ਇਹ ਮਿਲਕ ਰਿਕੋਰਡ ਆ, ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਾਂ ਦੇ ਪਹਿਲਾਂ ਕਿ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਖਰੀਦੋ। ਵਾਰ ਵਾਰ ਜੀ ਇਹੀ ਬੇਨਤੀ ਕਰ ਦਿੰਦੇ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਬਾਅਦ ਸ਼ੇਅਰ ਕਰ ਦਿਆ ਕਰੋ, ਲਗਾ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਵੀਰ ਨਾਲ ਗੱਲਬਾਤ ਕਰੀਏ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਹੋਰ ਬਾਜੀ ਕਿੱਦਾਂ? ਵਧੀਆ ਵੀਰ ਜੀ, ਕਿਵੇਂ ਵਿਕਿਆ ਮਾਲ ਜੀ? ਹਾਂਜੀ ਵੀਰ ਜੀ, ਉਹਨੂੰ ਵਿਕੀ ਜਲਦੀ। ਚਲੋ ਚਲੋ, ਭਾਅ ਵੀ ਜੀ ਬੜਾ ਜਾਇਆ ਸੀ ਬਾਜੀ। ਹਾਂਜੀ ਜੀ, ਰੇਟ ਹੀ ਵਿਕਣਾ, ਭਾਅ ਨਾਲੇ ਵਿਕਣਾ ਵੀਰ ਜੀ, ਰੇਟ ਹੀ ਵਿਕਣਾ। ਬਸ ਬਸ, ਵੀਡੀਓ ਬਹੁਤ ਪੈਂਦੀਆਂ ਮੈਂ ਕਿ ਚਲੋ ਕਿਹਦੇ ਵੀ ਦਾ ਰੇਟ ਜਾ ਜਾਂਦਾ, ਚੀਜ਼ ਜਲਦੀ ਵਿਕ ਜਾਂਦੀ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਚਲੋ ਅੱਜ ਫਿਰ ਕਿੰਨੇ ਜੀ? ਅੱਜ ਵੀਰ ਜੀ 3 ਮੱਝਾਂ ਨੇ। ਹਾਂਜੀ, ਇੱਕ ਬਰੈਡ ਸਵੀਪ ਕਰੀ ਸ਼ੁਰੂ। ਹਾਂਜੀ, ਆ ਜਾਓ ਇੱਧਰ ਆ ਜਾਓ, ਪਹਿਲੇ ਨੰਬਰ ਵਾਲੇ ਦੇ। ਇਹ ਸੂਆ ਜੀ? ਅੱਛਾ, ਪਹਿਲਾ ਸੂਆ। ਹਾਂਜੀ, ਮੂੰਹ ਦੋ ਦੰਦ ਆ, ਕੱਟੀ ਦੋ ਦੰਦ। ਠੀਕ ਆ, ਠੀਕ ਹੈ ਜੀ। ਕੁਆਲਿਟੀ ਦੇਖੋ, ਝੋਟੀ ਦੋ ਦੰਦ ਆ ਜੀ। ਆ ਵੀ ਚੈੱਕ ਕਰੋ, ਦੰਦ ਹੀ ਚੈੱਕ ਕਰੋ, ਦੋ ਹੀ ਆ ਜੀ। ਲੈ ਚਲੋ, ਆ ਦੇਖੋ ਜੀ, ਸੋਹਣੀ ਝੋਟੀ ਹੈ ਜੀ, ਕੱਦ ਕੱਢ ਲਈ ਝੋਟੀ ਆ। ਦੇਖੋ ਲੇਵਾ, ਆ ਦੇਖੋ ਕੁਆਲਿਟੀ ਪੂਰੀ ਝੋਟੀ ਦੇ, ਨੀਲੀ ਪਿਓਰ। ਆ ਜਾਓ ਭਾਅ ਜੀ, ਆ ਜਾਓ, ਆ ਜਾਓ, ਆ ਦੇਖੋ ਜੀ, ਆਖੋ ਵੀ ਚੈੱਕ ਕਰੋ, ਸਿੰਘ ਵੀ ਬੜਾ ਸੋਹਣਾ। ਦੇਖੋ ਜੀ, ਚੁਆ ਪਸਮਾ ਬਿਲਕੁਲ ਵਧੀਆ ਭਾਅ ਜੀ, ਕੱਟਾ ਕੱਟਾ ਮਗਰ ਆ, ਕੱਟਾ ਜੀ, ਠੀਕ ਹੈ। ਹਾਂਜੀ ਵੀਰ ਜੀ, ਬੋਲੋ। ਕੱਟੀ ਕੱਟੀ ਕੱਟਾ ਜੀ, ਤੇ ਦੁੱਧ ਵੀ ਜੀ ਕਿੰਨਾ? ਦੁੱਧ ਵੀ ਜੀ ਇਸ ਟਾਈਮ 12 ਲੀਟਰ ਹੋਊਗਾ। 12 ਦੇਖੋ, ਦੁੱਧ ਦੇ ਲਾੜਾ ਨੂੰ ਦੇਖੋ, ਛੋਟੇ ਦੀ ਆ ਦੇਖੋ, ਖਾਣ ਵੀ ਬਹੁਤ ਸੋਹਣਾ। ਚਵਾ ਪਸਮਾ ਵਧੀਆ ਜੀ, ਵਧੀਆ ਇੱਕ ਨੰਬਰ ਜੀ, ਪੋਲੀ ਬੜੀ ਚਵਾ ਚ ਬਹੁਤ। ਖੋਲੋ ਵੀ ਜੀ, ਫਿਰ ਇਹਨੂੰ ਵੀ ਦੇਖੋ ਜੀ, ਸੋਹਣੀ ਝੋਟੀ ਆ, ਵੱਡੀ ਝੋਟੀ ਆ ਜੀ। ਆ ਦੇਖੋ, ਚੈੱਕ ਕਰੋ ਜੀ, ਇਹ ਵੀ ਜੀ ਕਿੰਨਾ ਕਰ ਜੂ ਬਾਜੀ ਦੁੱਧ ਜੀ? ਇਹ ਦੁੱਧ ਵੀ ਜੀ 13 ਕਿਲੋ ਦਾ ਦੇ ਜੀ। 13 ਕਿਲੋ, ਦੇਖੋ ਭਾਰੀ ਝੋਟੀ, ਪੂਰੀ ਵੱਡੀ ਝੋਟੀ, ਪੂਰੀ ਲੇਵਲ ਉਹ ਬੜਾ ਸੋਹਣਾ, ਚੈੱਕ ਕਰੋ। ਹਾਂ ਜੀ, ਆ ਜਾਓ, ਆ ਜਾਓ ਜੀ, ਆ ਜਾਓ, ਆ ਦੇਖੋ, ਸਿੰਘ ਸੁੰਘ ਵੀ ਚੈੱਕ ਕਰ ਲਓ। ਆ ਠੀਕ ਆ, ਕੱਟੀ ਮਗਰ ਆ ਗਈ, ਚਲੋ ਪੂਰਾ ਫਾਇਦਾ ਤੁਹਾਡਾ। ਅਤੇ ਵੀਰ ਜੀ, ਫਿਰ ਇਹਦੀ ਕੀਮਤ? ਹਾਂਜੀ ਹਾਂਜੀ ਹਾਂਜੀ, ਨੱਬੇ ਹਜ਼ਾਰ ਦੀ ਛੱਡ ਦੋਗੇ, ਮਾਨ ਤਾਂ ਕਰ ਦੋਗੇ। ਚਲੋ ਠੀਕ ਆ, ਇੱਧਰ ਆ ਜਾਓ। ਇਹ ਜੀ ਡੇਰੀ ਮਤਲਬ ਚੰਗੀ ਮੱਝ ਆ ਜੀ। ਹਾਂ ਦੇਖੋ, ਬੱਚੇ ਨੇ ਮਿਲਦੀ ਹੈ ਜੀ? ਬਸ ਠੀਕ ਹੈ ਜੀ। ਅੱਛਾ, ਤੁਹਾਡੇ ਸਾਹਮਣੇ ਬੱਚਾ ਜੀ, 1.5 ਦਾ ਲਾ ਲਓ, 2 ਲਾ ਲਓ, ਮਹੀਨੇ ਲਾ ਲਓ, ਤੁਹਾਡੇ ਸਾਹਮਣੇ ਬੱਚਾ ਜੀ, ਵਿਖਾ ਤਾ ਇੱਕ ਵਾਰੀ ਫਿਰ ਵਿਖਾ ਦਾਂਗੇ। ਆ ਜਾਓ, ਘੁਮਾ ਲਿਓ ਭਾਅ ਜੀ, ਘੁਮਾ ਲਿਓ। ਆ ਦੇਖੋ ਜੀ, ਬਸ ਠੀਕ ਹੈ ਜੀ। ਅਤੇ ਵੀਰ ਜੀ, ਫਿਰ ਇਹਦੀ ਕੀਮਤ ਹੈ? ਹਾਂਜੀ 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 ਹਾਂਜੀ, 50,000 ਦੀ। ਕਿੰਨੇ ਛੱਡ ਦੋਗੇ? 2,000 ਛੱਡਦਾ। ਚਲੋ ਠੀਕ ਹੈ, ਬਸ ਆ ਦੇਖੋ ਜੀ, 48,000 ਦੇ ਦੇਣਗੇ, ਉਹਨੂੰ ਤੁਹਾਡਾ ਹੋਰ ਕਰ ਦੇਣਗੇ ਮਾਨਦਾਨ, ਕਰ ਦੇਣਗੇ ਮੌਕੇ ਦੇ। ਚਲੋ ਇਹ ਗਾਂ ਆ ਗਈ ਜੀ, ਸੋਈ ਹੈ ਜੀ? ਅੱਛਾ, ਪਹਿਲਾ ਸੂਆ ਜੀ, ਲੱਸੀ ਆ ਥੋੜੀ,
ਤੇ ਕਿੰਨਾ ਦੁੱਧ ਦਾ ਜੀ? ਦੁੱਧ ਵਿੱਚ ਥੱਲੇ ਲਾ ਲਓ 7-8 ਲੀਟਰ 7-8 ਲੀਟਰ ਹੀ ਆ ਤੇ ਇਹਦੀਆਂ ਵਛੀਆਂ ਨਾਲ। ਹਾਂ ਵਛੀ ਆ ਗਏ ਬਾਬਾ, ਠੀਕ ਆ ਜੀ। ਬਾਕੀ ਠੰਡੀ ਚੀਜ਼ ਆ ਜੀ, ਇਹ ਵੀ ਖੋਲੋ ਜੀ ਫਿਰ। ਕੋਈ ਐਡੀ ਗਰਮ ਗਰਮ ਆ ਦੇਖੋ, ਆ ਦੇਖੋ ਜੀ ਵਧੀਆ ਚਵਾਰ ਸੁਣਾ। ਹਾਂ ਥੋੜਾ ਲਿਸ ਬਣਾ ਆ ਗਿਆ ਨਾ ਜੀ? ਹਾਂ ਜੀ ਥੋੜੀ ਲਿਸ ਹੀ ਆ। ਠੀਕ ਆ, ਚੈੱਕ ਕਰ ਜੀ, ਵੇਖੋ ਥੰਦ ਨੂੰ ਸੋਹਣਾ ਬਣਾ ਦਿੰਦੀ ਜੀ। ਬਹੁਤ ਵਧੀਆ, ਠੀਕ ਆ। आज घुमा लो जी, घुमा लो। वीर जी फिर इनकी कीमत जय जी, कीमत बिल्कुल कर दो। भी दो छा जी, चलो ठीक है। बस ठीक है जी, तो आई पशु जी, देखो जी आ पशु, आ चेक कर लो बच्चे थोड़े सामने आ। ਚੁਆਈ ਕਰਕੇ ਮੇਰਾ ਵੀ ਪਾਸ ਕਰਕੇ ਲੈ ਕੇ ਜਾਇਆ ਜੇ, ਪੂਰੀ ਤਸੱਲੀ ਲੈ ਕੇ ਨਹੀਂ ਵੀਰ ਜੀ? ਹਾਂਜੀ ਵੀਰ ਜੀ, ਕੋਈ ਵੀ ਰਿਹਾ ਪੀ ਆ ਕੇ ਤਸੱਲੀ ਕਰੇ। ਬਿਲਕੁਲ ਜੀ, ਹਾਂਜੀ ਚੁਆਈ ਕਰੇ। ਹਾਂਜੀ ਹਾਂਜੀ, ਤੇ ਬਾਕੀ ਕਈ ਵੀਰ ਇਹੋ ਜਿਹੀਆਂ ਕਈ ਲੀਰਾਂ ਹੈਗੀਆਂ ਵਿੱਚ ਕਿਹੜੇ ਕਮੈਂਟ ਮਾੜੇ। ਬਿਲਕੁਲ ਜੀ ਬਿਲਕੁਲ, ਯਾਨੀ ਕਿ ਚਲੋ ਗਲਤ ਗੱਲ ਹੈ, ਕਮੈਂਟ ਮਾੜਾ ਨਹੀਂ ਕਿਸੇ ਨੂੰ ਕਰਨਾ। ਹਾਂਜੀ ਹਾਂਜੀ ਹਾਂਜੀ, ਜਦੋਂ ਆਪਾਂ ਬਾਰ ਬਾਰ ਕਹਿੰਦੇ ਹਾਂ ਵੀ ਸਾਡਾ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਆ, ਹਾਂਜੀ ਹਾਂਜੀ, ਆ ਕੇ ਟੱਕਰੋ ਮਿਲੋ। ਹਾਂਜੀ ਤੁਹਾਨੂੰ ਜਾਪ ਦੀ ਗੱਲ ਹੈ। ਬਿਲਕੁਲ ਜੀ ਬਿਲਕੁਲ, ਬਾਕੀ ਆਪਾਂ ਕਹੀਏ ਰਕਮਾਂ ਖਰਚ ਕੇ ਲੈਣ। ਹਾਂਜੀ ਹਾਂਜੀ ਹਾਂਜੀ, ਹੈ ਨਾ ਜੀ? ਬਿਲਕੁਲ, ਤੇ ਉਹ ਲੀਰਾਂ ਝੱਟ ਕਈ ਵਾਰ ਲਿਖ ਕੇ ਏਦਾਂ ਪਾ ਦਿੰਦੀਆਂ ਬਾਈ ਇਹ ਠੱਗ ਗਿਆ ਏਦਾਂ। ਚਲੋ ਕੋਈ ਨਹੀਂ, ਕਰਨ ਤੋਂ ਜਿਹੜੇ ਕਰਦਾ ਕੋਈ ਨਹੀਂ, ਬਾਕੀ ਉਹਨਾਂ ਨੂੰ ਇਹ ਬੇਨਤੀ ਆ ਹਾਂਜੀ ਕਿ ਕੋਈ ਗੱਲ ਜਾਪਦੀ ਆ ਤੇ ਸਾਡੇ ਨੰਬਰਾਂ ਦੀ ਲੋਕੇਸ਼ਨ ਲਾਓ। ਬਿਲਕੁਲ ਜੀ, ਕਿੱਥੇ ਜੀ ਕਰਦਾ ਤੁਸੀਂ? ਬਿਲਕੁਲ ਬਿਲਕੁਲ ਸਹੀ ਗੱਲ ਵੀ ਜੀ, ਮਾੜਾ ਨਾ ਬੋਲੋ, ਨਾ ਨਾ ਘਰ ਬੈਠੇ ਜਨਾਨੀਆਂ ਦੀਆਂ ਗੋਦੀਆਂ 'ਚ ਕਮੈਂਟ ਕਰ ਦਿੰਦੇ ਆ। ਹਾਂ ਸਹੀ ਸਹੀ ਗੱਲ, ਬਿਲਕੁਲ ਜੀ ਬਿਲਕੁਲ, ਤੇ ਘਰੇ ਬਹਿ ਕੇ ਕਮੈਂਟ ਕਰਨੇ ਸੌਖੇ। ਨਾ ਨਾ ਸੌਖੇ, ਬਿਲਕੁਲ 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 ਬਿਲਕੁਲ, ਤੁਸੀਂ ਸਾਹਮਣੇ ਆਓ, ਸਾਹਮਣੇ ਆਓ ਜੀ, ਤੇ ਬਾਕੀ ਸਾਡਾ ਅੱਜ ਕੋਈ ਗਲਤ ਕੰਮ ਕੀਤਾ ਸਾਹਮਣੇ ਆਓ, ਇਹ ਕਿਹੜੀ ਗੱਲ ਆ ਕਰੇ ਜੀ? ਰਕਮ ਖਰਚੀ ਆ ਵੀਰੇ, ਰਕਮ ਖਰਚੀ, ਤਿੰਨ ਟਾਈਮ ਚਵਾਈ ਕਰੇ, ਕੋਈ ਦੋ ਟਾਈਮ ਕਰੇ। ਬਿਲਕੁਲ ਜੀ, ਸਾਲੀਆਂ ਚੀਜ਼ਾਂ, ਸਾਲੀ ਸਾਲੀ ਚੀਜ਼ਾਂ, ਪਹਿਲੀ ਤੇ ਗੱਲ ਅੱਜ ਤੱਕ ਖੇਤੀ ਕਿਸੇ ਕਦੀ ਕਿਸੇ ਨੂੰ ਪਸ਼ੂ ਮਾੜਾ ਨਹੀਂ ਪਿਆ। ਠੀਕ ਹੈ ਜੀ, ਇੱਕ ਮਿੰਟ ਹੀ ਉਹ ਕਰਦਾ ਜਿਹੜਾ ਜਾਣਦਾ, ਜਾਣਦਾ, ਸਹੀ ਗੱਲ ਹੈ ਬਿਲਕੁਲ ਜੀ, ਜਾਣ ਪਛਾਣ ਹੋਵੇ ਮੈਨੂੰ ਮਿਲੇ। ਹਾਂਜੀ ਹਾਂਜੀ ਬਿਲਕੁਲ ਜੀ, ਐਡਰੈਸ ਆਪਾਂ ਬਾਰ ਬਾਰ ਬੋਲ ਲੈਂਦੇ ਹਾਂ, ਬਿਲਕੁਲ ਬਿਲਕੁਲ, ਨੰਬਰ ਆਪਾਂ ਦੇ ਦਿੰਦੇ ਹਾਂ। ਬਿਲਕੁਲ ਜੀ ਬਿਲਕੁਲ, ਫਿਰ ਇੱਥੋਂ ਤੱਕ ਕਹਿੰਦੇ ਹਾਂ ਕਿ ਕਿੱਥੇ ਮਿਲਣਾ ਉੱਥੇ ਮਿਲ। ਹਾਂਜੀ ਸਹੀ ਗੱਲ ਹੈ ਜੀ, ਨੋਟੀਫਿਕੇਸ਼ਨ ਲਾਵੇ ਨੰਬਰ ਤੇ। ਸਹੀ ਸਹੀ ਗੱਲ ਹੈ ਜੀ, ਤੇ ਇਹ ਨਹੀਂ ਆ ਕਿ ਘਰੇ ਬੈਠੇ ਕਮੈਂਟ ਕਰੀ ਜਾਣੇ, ਨਾ ਨਾ ਮਾੜਾ ਬੋਲ ਦੇਣਾ, ਹੈ ਨਾ? ਨਾ ਨਾ ਮਾੜੀ ਗੱਲ, ਹੋਰ ਗੱਲ ਆ ਕਿ ਸਿਆਣੇ ਪੈਣੇ ਵੀਰ ਵੀ ਭਾਜੀ ਆਪਣੇ ਵੱਡੇ ਕਈ ਵੀਡੀਓ ਪਾਉਂਦੇ ਆ, ਉਹਨਾਂ ਨੂੰ ਮਾੜਾ ਬੋਲਦੇ, ਬੋਲਦੇ ਬੋਲਦੇ ਜੀ ਬੋਲਦੇ, ਤੇ ਇਹ ਕਰਕੇ ਇਹ ਲੀਰਾਂ ਥੋੜੀਆਂ ਜੀਆਂ ਆਪਣਾ ਸੁਧਾਰ ਕਰਨ। ਬਿਲਕੁਲ ਜੀ, ਬਿਲਕੁਲ ਜੀ, ਟੱਕਰੇ ਜਰੂਰ, ਬਿਲਕੁਲ ਜੀ, ਇਹੀ ਬੇਨਤੀ। ਚਲੋ ਨੰਬਰ ਬੋਲੋ, ਨੰਬਰ ਵੀਰ ਜੀ 87-37-67-37, ਸਤਿ ਸ਼੍ਰੀ ਅਕਾਲ, ਠੀਕ ਹੈ।